ਸਤਿ ਸ਼੍ਰੀ ਅਕਾਲ ਐਫ ਐਮ ਆਈ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਕੈਨੇਡਾ 'ਚ ਚੈਨਲ ਵਾਈ ਦੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਬੁਲੇਟਿਨ 'ਚ ਸਭ ਤੋਂ ਪਹਿਲਾਂ ਹੈਡਲਾਈਨਸ। ਰੁਪਿੰਦਰ ਅਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਨਾਰਾਜ਼ ਸਿੱਖ ਨੇਤਾਵਾਂ ਨੇ ਸਰਕਾਰੀ ਭਰੋਸੇ ਨਾਲ ਦੋ ਮੈਂਬਰੀ ਪੀਪਲ ਕਮਿਸ਼ਨ ਬਣਾਉਣ ਦਾ ਕੀਤਾ ਐਲਾਨ। ਪੁਲਿਸ ਨੂੰ ਸਾਰਥਕ ਕਦਮ ਚੁੱਕਣ ਲਈ ਦਿੱਤਾ 25 ਤਾਰੀਖ ਤੱਕ ਦਾ ਸਮਾਂ। ਰੁਪਿੰਦਰ ਅਤੇ ਜਸਵਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਦੇ ਘੇਰੇ 'ਚ ਲਿਆਂਦੇ ਆਸਟ੍ਰੇਲੀਆ ਦੇ ਨੰਬਰ ਨੂੰ ਚਲਾਉਣ ਵਾਲੇ ਦਾ ਦਾਅਵਾ ਕਰਨ ਵਾਲੇ ਸੁਰਜੀਤ ਨੇ ਪੁਲਿਸ ਕਹਾਣੀ ਨੂੰ ਦੱਸਿਆ ਝੂਠਾ। ਸਿਆਸੀ ਪਾਰਟੀ ਨੇ ਵੀ ਪੁਲਿਸ ਕਾਰਵਾਈ ਦੀ ਕੀਤੀ ਆਲੋਚਨਾ। ਪੰਜਾਬ ਦੀ ਸਥਿਤੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਮਿਲੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ। ਸੂਬੇ ਦੇ ਹਾਲਾਤਾਂ ਤੇ ਕੌਮੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਕੀਤੀ ਮੰਗ। ਪੰਜ ਪਿਆਰਿਆਂ ਦੀ ਮੁਅਤਲੀ ਤੇ ਐਸਜੀਪੀਸੀ ਦੇ ਐਗਜ਼ੀਕਿਊਟਿਵ ਮੈਂਬਰਾਂ ਦੀ ਬੈਠਕ ਰਹੀ ਬੇਨਤੀਜਾ। ਮੁਅਤਲੀ ਤੇ ਨਹੀਂ ਬਣ ਸਕੀ ਆਮ ਰਾਏ। ਮੀਟਿੰਗ ਬਾਹਰ ਅਕਾਲੀ ਦਲ ਮਾਨ ਦਾ ਧਰਨਾ। ਮੁਲਕ ਭਰ 'ਚ ਮਨਾਇਆ ਗਿਆ ਦੁਸ਼ਹਿਰੇ ਦਾ ਤਿਉਹਾਰ। ਲੋਕਾਂ ਨੇ ਬੁਰਾਈ ਰੂਪੀ ਰਾਵਣ ਦਾ ਕੀਤਾ ਦਹਿਨ। ਪੰਜਾਬੀ ਗਾਇਕ ਲਾਭ ਜੰਜੂਆ ਦੀ ਮੁੰਬਈ ਸਥਿਤ ਰਿਹਾਇਸ਼ ਤੋਂ ਮਿਲੀ ਲਾਸ਼। ਹਾਰਟ ਅਟੈਕ ਨਾਲ ਮੌਤ ਹੋਣ ਦਾ ਖਦਸ਼ਾ। ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਰੁਪਿੰਦਰ ਅਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਮਾਮਲੇ ਦੀ ਪੂਰੀ ਜਾਂਚ ਪੀਪਲ ਕਮਿਸ਼ਨ ਵੱਲੋਂ ਕੀਤੀ ਜਾਏਗੀ। ਦੋ ਮੈਂਬਰੀ ਕਮਿਸ਼ਨ 'ਚ ਇੱਕ IPS ਪੱਧਰ ਦਾ ਰਿਟਾਇਰਡ ਪੁਲਿਸ ਅਫਸਰ ਅਤੇ ਇੱਕ ਹਾਈਕੋਰਟ ਦਾ ਰਿਟਾਇਰਡ ਜੱਜ ਹੋਏਗਾ ਅਤੇ ਸਾਰੇ ਮਾਮਲੇ ਦੀ ਜਾਂਚ ਇਹ ਦੋਵੇਂ ਕਰਨਗੇ ਅਤੇ ਸਹੀ ਗਲਤ ਦਾ ਹਰੇਕ ਤੱਥ ਕਮਿਸ਼ਨ ਵੱਲੋਂ ਪਛਾਣ ਕੇ ਉਜਾਗਰ ਕੀਤਾ ਜਾਏਗਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਦੋਵਾਂ ਸਿੱਖ ਨੇਤਾਵਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਸਰਕਾਰ ਨੂੰ ਭਰੋਸੇ 'ਚ ਲੈ ਕੇ ਹੀ ਇਹ ਕਮਿਸ਼ਨ ਬਣਾਇਆ ਗਿਆ। ਜੇਕਰ 25 ਤਾਰੀਖ ਤੱਕ ਦੋਵਾਂ ਹੀ ਭਰਾਵਾਂ ਦੇ ਮਾਮਲੇ 'ਚ ਪੁਲਿਸ ਵੱਲੋਂ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਜਾਂਦਾ ਤਾਂ 25 ਤਾਰੀਖ ਤੋਂ ਬਾਅਦ ਕਮਿਸ਼ਨ ਆਪਣਾ ਕੰਮ ਸ਼ੁਰੂ ਕਰ ਦੇਗਾ। ਉੱਧਰ ਦੂਜੇ ਪਾਸੇ ਰੁਪਿੰਦਰ ਅਤੇ ਜਸਵਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਆਸਟ੍ਰੇਲੀਆ ਦਾ ਜੋ ਨੰਬਰ ਪੁਲਿਸ ਨੇ ਜਾਂਚ ਦੇ ਦਾਇਰੇ 'ਚ ਲਿਆਂਦਾ ਹੈ ਉਸ ਨੂੰ ਚਲਾਉਣ ਦਾ ਦਾਅਵਾ ਕਰਨ ਵਾਲਾ ਸੁਖਜੀਤ ਸਿੰਘ ਵੀ ਸਾਹਮਣੇ ਆਇਆ। ਉਸਨੇ ਵੀ ਪੁਲਿਸ ਦੀ ਸਾਰੀ ਕਹਾਣੀ ਨੂੰ ਝੂਠਾ ਦੱਸਿਆ। ਇੰਨਾ ਹੀ ਨਹੀਂ, ਪੁਲਿਸ ਕਾਰਵਾਈ ਦੀ ਸਿਆਸੀ ਪਾਰਟੀਆਂ ਵੱਲੋਂ ਵੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਜੀ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਵਾਂ, ਜਿਸ ਦਿਨ ਕੋਟਕਪੂਰੇ ਦੇ ਵਿੱਚ ਇਹ ਸਾਰਾ ਵਾਕਿਆ ਹੋਇਆ ਜੀ, ਉਸ ਦਿਨ ਤਕਰੀਬਨ ਆਲਮੋਸਟ ਸਾਰੇ ਲੋਕਾਂ ਦੇ ਹਿਰਦੇ ਬੂਤਰੇ ਗਏ, ਸਾਡੇ ਵੀ ਜੀ। ਉਹਦੇ ਪ੍ਰਤੀ ਸਾਡੀ ਸਾਰਿਆਂ ਦੀ ਇਹ ਬੈਠ ਕੇ ਇੱਕ ਮੀਟਿੰਗ ਹੋਈ ਸੀਗੀ ਤੇ ਜਿਹਦੇ ਵਿੱਚ ਸਾਰਿਆਂ ਵੀਰਾਂ ਨੇ ਇਹ ਕਿਹਾ ਸੀ ਵੀ ਜਿਹੜੇ ਇਲਾਜ ਅਧੀਨ ਆਪਣੇ ਵੀਰ ਨੇ ਉਹਨਾਂ ਤੱਕ ਆਪਾਂ ਆਪਣਾ ਬਣਦਾ ਦਸਵੰਧ ਜਿਹੜਾ ਆ ਉਹ ਪਹੁੰਚਾਇਆ ਜਾਵੇ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਅਸੀਂ ਕੋਈ ਗੜਬੜੀ ਨੀ, ਸਾਡਾ ਗੁਰੂ ਆ, ਸਾਡਾ ਉਹ ਪਿਤਾ ਵਾ, ਠੀਕ ਨੀ। ਅਸੀਂ ਇਸ ਤਰ੍ਹਾਂ ਦੇ ਕਰਨ ਵਾਲੇ ਅਸੀਂ ਸੋਚ ਵੀ ਨੀ ਸਕਦੇ ਤੇ ਨਾ ਹੀ ਇਹੋ ਜਿਹਾ ਕਰਨ ਲਈ ਅਸੀਂ ਕੋਈ ਪੈਸਾ ਕਿਸੇ ਨੂੰ ਦੇ ਸਕਦੇ ਹਾਂ। ਤੇ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਪਸ਼ਟ ਕਰਦਾ, ਅਸੀਂ ਇਕੱਲੇ ਰੁਪਿੰਦਰ ਨੂੰ ਹੀ ਨਹੀਂ ਪੈਸਿਆਂ ਦੀ ਹੈਲਪ ਭੇਜਣ ਦੀ ਕੋਸ਼ਿਸ਼ ਕੀਤੀ, ਅਜੀਤ ਸਿੰਘ ਦੇ ਮਾਤਾ ਪਿਤਾ ਨੂੰ ਵੀ ਭੇਜੀ ਆ ਤੇ ਬੇਅੰਤ ਸਿੰਘ ਦੇ ਪਿਤਾ ਨੂੰ ਵੀ, ਜਿਹੜੀ ਆ ਜਿੰਨੀ ਵੀ ਸਾਡੇ ਕੋਲ ਬਜਟ ਸੀਗਾ ਉਸ ਹਿਸਾਬ ਨਾਲ ਹੀ ਉਹਨਾਂ ਤੱਕ ਵੀ ਪਹੁੰਚਾਈ। ਉਹਦੇ ਮੁੰਡੇ ਦੇ ਜਿਸ ਦਿਨ 6 ਵਜੇ ਆ ਜੀ, ਉਸ ਤੋਂ ਅਗਲੇ ਦਿਨ ਮੈਂ ਉਹਨੂੰ ਕਾਲ ਕੀਤਾ ਜੀ ਤੇ ਮੈਨੂੰ ਪਤਾ ਲੱਗਾ ਵੀ ਮੁੰਡਾ 6 ਵਜੇ ਮੇਰੇ ਪਿੰਡ ਦੇ ਬੱਚੇ ਆ। ਅੱਛਾ ਜੀ। ਔਰ ਮੈਨੂੰ ਇਹ ਸੀਗਾ ਵੀ ਯਾਰ ਗਰੀਬ ਘਰ ਦੇ ਬੱਚੇ ਜੀ, ਵੀ ਹੋ ਸਕਦਾ ਉਹਨਾਂ ਦੇ ਮਾਂ ਬਾਪ ਉਹ ਕੀ ਸਕਦਾ ਉਹਨਾਂ ਦੇ ਮਾਂ ਬਾਪ ਉਹਨਾਂ ਦਾ ਇਲਾਜ ਨਹੀਂ ਅਫੋਰਡ ਕਰ ਸਕਦੇ ਜੀ। ਔਰ ਮੇਰਾ ਤੇ ਅੱਜ ਵੀ ਮੈਂ ਤੇ ਅੱਜ ਵੀ ਇਹੀ ਕਹਿੰਦਾ ਮੇਰੇ ਭਾਵੇਂ ਉਹ ਕਾਲ ਰਿਕਾਰਡਿੰਗ ਜੀ ਹੋਵੇ ਉਹਨਾਂ ਕੋਲ ਉਹ ਦੇਖ ਲੈਣ ਜੀ, ਤੇ ਅੱਜ ਵੀ ਕਹਿੰਦਾ ਵੀ ਮੈਂ ਉਹਨੂੰ ਸਿਰਫ ਇਹੀ ਪੁੱਛਣ ਵਾਸਤੇ ਫੋਨ ਲਾਇਆ ਸੀ ਕਹਿੰਦਾ ਹਾਂ ਵੀਰੇ ਤੈਨੂੰ ਕੋਈ ਜ਼ਰੂਰਤ ਹੋਏ ਤਾਂ ਮੈਨੂੰ ਤੁਸੀਂ ਦੱਸ ਦਿਓ। ਮੈਂ ਉਹ ਸਾਡੀ ਸਪਸ਼ਟੀਕਰਨ ਦੇਣਾ ਚਾਹੁੰਦਾ ਵੀ ਮੇਰੇ ਤੇ ਇਲਜ਼ਾਮ ਹੈ ਜੋ ਗਲਤ ਹੈ ਜੀ, ਠੀਕ ਹੈ ਵੀ ਇਹਦਾ ਕੋਈ ਸਿਰ ਨੀ ਕੋਈ ਪੈਰ ਨੀ ਮੇਰੇ ਤੇ ਜਿਹੜੇ ਲਾਏ ਇਲਜ਼ਾਮ ਹੈ, ਠੀਕ ਹੈ। ਇਹ ਉਹਨਾਂ ਲੋਕਾਂ ਦੀਆਂ ਆਵਾਜ਼ਾਂ ਸਨ ਜੋ ਅਸੀਂ ਕੱਲ੍ਹ ਵੀ ਤੁਹਾਨੂੰ ਸੁਣਵਾਈਆਂ ਸੀ। ਇੱਕ ਸੀ ਦੁਬਈ ਦੇ ਹਰਨਾਮ ਸਿੰਘ ਖਾਲਸੇ ਦੀ ਅਤੇ ਦੂਜੀ ਹਾਂਗਕਾਂਗ ਬੈਠੇ ਗੁਰਪ੍ਰੀਤ ਸਿੰਘ ਗੋਗੀ ਦੀ, ਜਿਨ੍ਹਾਂ ਦੇ ਨੰਬਰ ਪੰਜਾਬ ਪੁਲਿਸ ਨੇ ਬਰਗਾੜੀ ਮਾਮਲੇ 'ਚ ਜਾਂਚ ਦੇ ਦਾਇਰੇ 'ਚ ਲਿਆਂਦੇ ਨੇ, ਜਿਨ੍ਹਾਂ ਬੀਤੇ ਦਿਨ ਫ੍ਰੀ ਮੀਡੀਆ ਇਨੀਸ਼ੀਏਟਿਵ ਦੇ ਦਫ਼ਤਰ 'ਚ ਖੁਦ ਫੋਨ ਕਰਕੇ ਆਪਣਾ ਪੱਖ ਰੱਖਿਆ ਸੀ। ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਵੱਲੋਂ ਆਸਟ੍ਰੇਲੀਆ 'ਚ ਬੈਠੇ ਜਿਸ ਵਿਅਕਤੀ ਦੇ ਫੋਨ ਦਾ ਹਵਾਲਾ ਦਿੱਤਾ ਗਿਆ ਉਸ ਦਾ ਪੱਖ ਸੁਣਾਉਣ ਜਾ ਰਹੇ ਹਾਂ। ਆਸਟ੍ਰੇਲੀਆ ਰਹਿੰਦੇ ਜਿਸ ਵਿਅਕਤੀ ਦਾ ਨਾਂ ਪੰਜਾਬ ਪੁਲਿਸ ਲੈ ਰਹੀ ਹੈ ਉਸਦਾ ਨਾਂ ਸੁਖਜੀਤ ਸਿੰਘ ਹੈ। ਸੁਖਜੀਤ ਸਿੰਘ ਦਾ ਵੀ ਇੱਕ ਆਡੀਓ ਮੈਸੇਜ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਜੋ ਸਾਫ਼ ਸਾਫ਼ ਪੁਲਿਸ ਵੱਲੋਂ ਜੋ ਕਹਾਣੀ ਬਿਆਨ ਕਰਕੇ ਰੁਪਿੰਦਰ ਅਤੇ ਜਸਵਿੰਦਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਉਸ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਫੋਨ ਫੜਿਆ ਅਤੇ ਫੋਨ ਦੇ ਵਿੱਚ ਸਾਡੇ ਨੰਬਰ ਟਰੇਸ ਕਰਕੇ ਅਖਬਾਰ ਦੇ ਵਿੱਚ ਦਿੱਤੇ ਜੀ, ਇਹ ਬੰਦੇ ਹੈ ਨਾ ਅਸ਼ਾਂਤੀ ਭੰਗ ਕਰਦੇ ਆ ਪੰਜਾਬ ਦੇ ਵਿੱਚ, ਅਤੇ ਤੁਸੀਂ ਆਪ ਸੋਚੋ ਜਿਹੜੇ ਬੰਦੇ
इलाज के लिए पैसे भेज रहे इतों सारे सिंह अं जिन्हें भी दुबई वीज रहे हैं ठीक ने असी गुरु प्रति जिहड़ा दर्द रख के ही उन्होंने सिंघा जिहड़ी ये हेल्प भेज रहे हैं ठीक ने ते एहो जिहियां कोजियां साजिशां जिहड़ियां गवर्नमेंट कर रही जिहड़े बाहरों बैठे वीर किसी की हैल्प करते हैं वो इस करके कर रही है भी इन्हां बंदियां दा किसी दे नाल इदां दा लिंक टुट जावे भी बंदे किसी नूं इदां दी हैल्प ना भेजण जिहड़े बंदे हुण इलाज अधीन आ ठीक ने। पर भीर जी असीं चढ़दी कला दे विच आ कोई नहीं जो आवेगा ठीक नहीं जिदा का भी आवेगा सिर मत्थे आ ठीक नहीं गुरु साहब तो परे कोई चीज़ नहीं हैगी ठीक है जी। इन्होंने सानू इदा के कामों के इनवॉल्व करना है ठीक नहीं फिर तो महाराज जी जानता की होना है। पूरे मामले तो जो सिट टीम के मुखी ए डी जी पी इकबालप्रीत सिंह सहोता नाल गलबात की गई तो उन्होंने कोई ठोस जवाब देने की बजाय सिर्फ इन्ना ही कहा कि मामला अजे विचार अधीन है। और कल प्री मीडिया अगे दोवां बंदियां ने अपना पक्ष भी रखिया एक जिहड़ा होंगकोंग तो गुरप्रीत सिंह गोगी है और दुबई तो अपना हरदीप सिंह खालसा है। ओके जी। ते सर उन्होंने कहा कि वह साफ साफ कह रहे हैं कि असी जिहड़ी पीड़ितां दी मदद वास्ते जिहड़ा पैसा भेजा सी माया भेजी सी सेवा कीती सी किहनू भेजी सी उन्होंने इन्हां नूं जी रुपिंदर ते जसविंदर होणां नूं जी कोई डिटेल दित्ती उन्होंने कि की भेजिया उन्होंने नहीं दावा कर रहे ने सर नहीं नहीं दिस विल बी पार्ट ऑफ द इन्वेस्टिगेशन पूरे दिखाई। उधर दूजे पासे पंजाब कांग्रेस के बुलारे सुखपाल सिंह खैरा ने भी पंजाब पुलिस वालों बेअदबी मामले नूं सुलझा लैण दे दावे नूं झूठा करार दिता है अते नाल ही मांग कीती है कि सीएम बादल अते उप मुख्यमंत्री सुखबीर सिंह बादल अस्तीफा देन। ਇਹ ਜੋ ਕੁਛ ਪੁਲਿਸ ਨੇ ਕੀਤਾ ਇਹ ਸੁਖਬੀਰ ਬਾਦਲ ਦੇ ਕਹਿਣ ਤੇ ਇੱਕ ਮਨ ਘੜਤ ਕਹਾਣੀ ਘੜੀ ਗਈ ਹੈ ਤਾਂ ਕਿ ਜਿਹੜੇ ਸਿੱਖ ਨੇ ਸਾਰੀ ਦੁਨੀਆਂ ਦੇ ਵਿੱਚ ਜਾਂ ਪੰਜਾਬ ਦੇ ਜਿਹੜੇ ਪ੍ਰਦਰਸ਼ਨਕਾਰੀ ਨੇ ਇਹਨਾਂ ਦਾ ਕਿਸੇ ਤਰੀਕੇ ਨਾਲ ਧਿਆਨ ਹਟਾਇਆ ਜਾਵੇ। ਮੇਰਾ ਇਹ ਵੀ ਕਹਿਣਾ ਵਾ ਕਿ ਜਿਹੜੇ ਦੋ ਭਰਾ ਫੜੇ ਨੇ ਉਹ ਵੀ ਇਹਨਾਂ ਨੇ ਬਲੀ ਦੇ ਬੱਕਰੇ ਬਣਾਏ ਨੇ। ਇਹ ਸਾਰਾ ਕੁਛ ਦੇਖਿਆ ਕਿ ਹੁਣ ਸਾਡੇ ਨਾਲ ਲੋਕ ਨਾਰਾਜ਼ ਹੋ ਗਏ ਨੇ ਔਰ ਅਕਾਲੀਆਂ ਨੇ ਦੇਖਿਆ ਕਿ ਸਾਡਾ ਘਾਣ ਹੋ ਗਿਆ ਵਾ ਬਾਦਲਾਂ ਨੇ ਦੇਖਿਆ ਕਿ ਸਾਡੀ ਤਾਂ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਆ ਪਤਨ ਹੋ ਗਿਆ ਪੰਜਾਬ ਦੇ ਵਿੱਚ ਇਸ ਲਈ ਇਹਨਾਂ ਨੇ ਆ ਬਹੁਤ ਵੱਡੀ ਸਾਜਿਸ਼ ਘੜ ਕੇ ਤਾਂ ਇਹ ਗੱਲ ਕੀਤੀ। ਨਾਲੇ ਦੂਜਾ ਇੱਕ ਐਵੀਂ ਜਿਹਨੂੰ ਕਹਿੰਦੇ ਕਿ ਹਿੰਦੁਸਤਾਨ ਦੇ ਵਿੱਚ ਇੱਕ ਰਿਵਾਜ ਬਣਿਆ ਪੁਰਾਣਾ ਇੱਥੇ ਭਾਵਾਂ ਕਿਸੇ ਦੀ ਚੀਚੀ ਜੇ ਵੀ ਖੂਨ ਨਿਕਲ ਆਵੇ ਤੇ ਕਹਿੰਦੇ ਕਿ ਇਹ ਫੋਰਨ ਹੈਂਡ ਆ ਐਵੀਂ ਉਹਨਾਂ ਗਰੀਬਾਂ ਨੂੰ ਤੰਗ ਦੇਣਾ। ਲੇਕਿਨ ਮੇਰਾ ਇਹ ਮੰਨਣਾ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਦੀ ਹਰਕਤ ਇਹ ਝੂਠ ਮੰਨਿਆ ਨੀਗਾ ਔਰ ਇਸੇ ਕਰਕੇ ਹਲੇ ਵੀ ਹਜ਼ਾਰਾਂ ਲੋਕ ਪੰਜਾਬ ਵਿੱਚ ਪ੍ਰਦਰਸ਼ਨ ਕਰਦੇ ਨੇ। उधर श्रोमणी अकाली दल दिल्ली इकाई के प्रधान परमजीत सिंह सरना ने भी पुलिस कार्रवाई से सवाल खड़े किए ने। कुछ समझ आ गई कि जी प्रेस कॉन्फ्रेंस कर रहे सन जो बॉडी लैंग्वेज डिविजनल डीजीपी सोता साहब जो सी उन्होंने मैं देख रहा सा जी जी और सुखबीर भी मैं बॉडी लैंग्वेज देख रहा सा जी जी उत्तर मैं कहता भी बदोशिया हाले मैं उसका सिर्फ ना सुने से मैं बैकग्राउंड नहीं समझाता ਜੀ ਜੀ ਉੱਥੇ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਦੋਸ਼ੀਆਂ ਨੂੰ ਫੜਾ ਕੇ ਔਰ ਆਪਣੀ ਗੱਲ ਕਰਨਾ ਚਾਹੁੰਦੇ ਨੇ ਕਿ ਅਸੀਂ ਦੇਖੋ ਜੀ ਬੰਦੇ ਫੜ ਲਏ। ਮੈਂ ਕਹਿੰਦਾ ਵਾਂ ਕਿ ਇਹ ਤੁੱਕ ਦਾ ਸਟੋਰੀ ਹੈਗੀ 100% ਇਹਦੇ ਕੋਈ ਗੱਲ ਨਹੀਂ ਹੈਗੀ ਠੀਕ ਹੈ। ਅੱਗੇ ਇਹ ਕਦੀ ਬਾਦਲ ਸਾਹਿਬ ਨੇ ਜਵਾਬ ਦਿੱਤਾ ਹੈ ਕਿ ਦੇਖੋ ਜੀ ਅਸੀਂ ਬਿਲਕੁਲ ਸਹੀ ਪੜ੍ਹਨ ਤੁਸੀਂ ਪੰਚਾਇਤ ਦੇ ਸਾਹਮਣੇ ਅਸੀਂ ਉਹਨਾਂ ਦਾ ਹੈਗਾ ਇਕਰਾਰ ਕੀਤਾ ਕਿ ਉਹਨਾਂ ਦਾ ਹੱਥ ਹੈਗਾ। ਮੈਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਬਾਦਲ ਸਾਹਿਬ 20 ਸਾਲ ਹੋ ਗਏ ਰਾਜ ਕਰਦੇ ਨਾ ਇਸ ਤੋਂ ਪਹਿਲਾਂ ਵੀ ਕਦੀ ਪੰਚਾਇਤ ਦੇ ਸਾਹਮਣੇ ਦੋਸ਼ੀਆਂ ਨੂੰ ਤੁਸੀਂ ਕਬੂਲ ਕਰਾਇਆ ਜੀ ਜੀ ਤੇ ਜੇ ਤੁਸੀਂ ਪੰਚਾਇਤ ਕੋਲੋਂ ਵਿੱਚ ਰੱਖ ਕੇ ਤੇ ਉਹਨਾਂ ਕੋਲ ਕਬੂਲ ਕਰਾ ਰਹੇ ਹੋ ਤੇ ਫਿਰ ਜਿਹੜੀਆਂ ਜਿੱਥੇ ਬੰਦੀਆਂ ਸੰਘਰਸ਼ ਕਰ ਰਹੀਆਂ ਸਨ ਜਿਹਨਾਂ ਦੇ ਨਾਲ ਬੈਠਾ ਸੀ ਤੁਸੀਂ ਉਹਨਾਂ ਨੂੰ ਬਿਠਾਉਂਦੇ ਦੇਖੋ ਜੀ ਇਹ ਬੰਦੇ ਨੂੰ ਅਸੀਂ ਫੜਿਆ ਤੁਹਾਡੇ ਸਾਹਮਣੇ ਅਸੀਂ ਇੰਟਰੋਗੇਸ਼ਨ ਕਰ ਲਾਂਗੇ ਆ ਜੀ ਜੀ ਤਾਂ ਕਿ ਅਸੀਂ ਮੰਨਦੇ ਵੀ ਤੁਸੀਂ ਬੜੇ ਭਰਸਾ ਹੋ ਜੀ 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 ਵਾਸਤੇ ਇਹ ਜਿਹੜੀ ਗੱਲ ਹੈਗੀ ਇਹ ਬਿਲਕੁਲ ਗਲਤ ਹੈਗੀ। सो जेकर पुलिस आने वाले समय च अपने इल्जामों मुताबक अदालत च सबूत पेश ना कर सकी तो पूरे मामले च पुलिस की फजीहत तय मनी जा रही है। ब्यूरो रिपोर्ट फ्री मीडिया। इस दे नाल ही पिंड वाले ने बीते दिन रुपिंदर अते जसविंदर के हक च रोस प्रदर्शन करन दे नाल नाल दावा किया कि दोवे भरा नहायत शरीफ ने अते पूरी तरह गुरमर्यादा नाल जुड़े हुए ने अजिहे च ओह कदे भी गुरु साहिब की बेअदबी नहीं कर सकते। पिछले कुछ दिनों फरीदकोट के जिला बरगाड़ी च श्री गुरु ग्रंथ साहब की बेअदबी मामले च पुलिस वालों दो सके भरावां जसविंदर सिंह अते रुपिंदर सिंह नूं गिरफ्तार किया गया जिस तों बाद दोवां ही भरावां दे पिंड
ਪੰਜਗਰਾਈ ਖੁਰਦ 'ਚ ਕਾਫੀ ਰੋਸ ਦਾ ਮਾਹੌਲ ਬਣਿਆ ਹੋਇਆ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਲਿਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਰੁਪਿੰਦਰ ਅਤੇ ਜਸਵਿੰਦਰ ਉਹਨਾਂ ਦਾ ਪਰਿਵਾਰ ਇੱਕ ਗੁਰਸਿੱਖ ਪਰਿਵਾਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਪੁਲਿਸ ਉਹਨਾਂ ਨੂੰ ਝੂਠਾ ਫਸਾ ਰਹੀ ਹੈ। ਜਬ ਸੇ ਹਮ ਦੇਖਦੇ ਹਾਂ ਵੋ ਬੱਚਾ ਤੋਂ ਪਹਿਲੀ ਸੇ ਲੇਕਰ ਕਿ ਪੰਜਵੀਂ ਤੱਕ ਮੇਰੇ ਪਾਸ ਹੀ ਪੜਾ ਹੈ। ਉਹ ਬਹੁਤ ਬੜੀਆ ਬੱਚਾ ਹੈ, ਉਸਕੇ ਮਾਂ ਬਾਪ ਵੀ ਅੰਮ੍ਰਿਤਧਾਰੀ ਹੈ। ਬੜਾ ਬੱਚਾ ਹੈ ਜੋ ਬਹੁਤ ਨਰਮ ਹੈ, ਇਹ ਥੋੜ੍ਹਾ ਸਾ ਸਿੱਖੀ ਮੈਂ ਜ਼ਿਆਦਾ ਹੈ। ਕੌਣ? ਰੁਪਿੰਦਰ ਸਿੰਘ, ਜਸਵਿੰਦਰ ਕਬੀਲਦਾਰੀ ਮੇਂ ਫਸਾ ਹੈ। ਤੋ ਰੁਪਿੰਦਰ ਆਪਕੇ ਪਾਸ ਹੀ ਪੜਾ ਹੈ? ਰੁਪਿੰਦਰ ਮੇਰੇ ਪਾਸ। ਤੋ ਕੈਸਾ ਸੁਭਾਵ ਦਾ, ਤੋ ਕੈਸਾ ਗੁਰੂ ਸਾਹਿਬ ਕੀ ਆਪਕੋ ਲਗਤਾ ਕਿ ਐਸਾ ਕੰਮ ਕਰ ਸਕਤੇ ਹੋ? ਨਹੀਂ ਜੀ ਨਹੀਂ, ਐਸਾ ਕੰਮ ਤੋ ਵੋ ਕਭੀ ਨਹੀਂ ਕਰ ਸਕਤਾ, ਮਰ ਵੀ ਜਾਏ ਤੋ ਵੀ ਨਹੀਂ ਕਰ ਸਕਤਾ। ਮੇਰਾ ਕਹਿਣਾ ਇਹ ਹੈ ਜੀ, ਜਸਵਿੰਦਰ ਸਿੰਘ ਅਤੇ ਉਸਦਾ ਬ੍ਰਦਰ ਰੁਪਿੰਦਰ ਸਿੰਘ ਖਾਲਸਾ ਜੀ, ਇਹ ਦੋਨੇ ਹੀ ਬੇਕਸੂਰ ਹੈ। ਪ੍ਰਸ਼ਾਸਨ ਨੇ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਅਤੇ ਉਹਨਾਂ ਦੇ ਝੂਠੇ ਕੇਸ ਪਾਏ ਆ। ਰੁਪਿੰਦਰ ਸਿੰਘ ਖਾਲਸਾ ਜੋ ਬਚਪਨ ਤੋਂ ਹੀ ਉਹਨਾਂ ਦੇ ਘਰ ਸਿੱਖੀ ਦਾ ਸਿੱਖੀ ਪ੍ਰਚਾਰ ਹੀ ਆ, ਸਿੱਖੀ ਨਾਲ ਹੀ ਸੰਬੰਧਿਤ ਆ, ਸਾਰਾ ਪਰਿਵਾਰ ਸਿੱਖੀ ਨਾਲ ਸੰਬੰਧਿਤ ਆ, ਉਹਨਾਂ ਦੇ ਇੱਥੋਂ ਤੱਕ ਕਿ ਉਹਨਾਂ ਦੇ ਜਵਾਈ ਵੀ ਸਿੱਖੀ ਨਾਲ ਹੀ ਆ। ਇਸ ਮੌਕੇ ਇਕੱਠੀ ਹੋਈ ਪੰਚਾਇਤ ਦੇ ਮੈਂਬਰਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸ਼ੁਰੂ ਹੋਏ ਰੋਸ ਧਰਨਿਆਂ 'ਚ ਦੋਵਾਂ ਹੀ ਭਰਾਵਾਂ ਦੀ ਸਰਗਰਮ ਭੂਮਿਕਾ ਸੀ। ਇਸ ਦੇ ਨਾਲ ਹੀ ਪੰਚਾਇਤ ਮੈਂਬਰ ਨੇ ਦਾਅਵਾ ਕੀਤਾ ਕਿ ਰੁਪਿੰਦਰ ਦਾ ਪਰਿਵਾਰ ਪੂਰੀ ਤਰ੍ਹਾਂ ਸਿੱਖ ਮਰਿਆਦਾ ਨਾਲ ਬੰਨਿਆ ਹੋਇਆ ਅਤੇ ਉਹ ਕਿਸੇ ਵੀ ਤਰੀਕੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ। ਉਹ ਤਾਂ ਬੇਕਸੂਰ ਆ ਜੀ, ਸਾਡੇ ਪਿੰਡ 'ਚ ਕੋਈ ਮੁੰਡਾ ਵੀ ਨਹੀਂ ਇਹੋ ਜਿਹਾ, ਕੋਈ ਨਾ ਮੁੰਡਾ ਨਾ ਬੰਦਾ ਨਾ ਬੁੜੀ ਕੋਈ ਇਹੋ ਜਿਹੇ ਹੈ ਹੀ ਨਹੀਂ। ਕਿਸ ਤਰ੍ਹਾਂ ਦਾ ਪਰਿਵਾਰ ਸੀ ਇਹ? ਬਹੁਤ ਚੰਗਾ ਜੀ, ਪਹਿਲਾਂ ਗਰੀਬੀ ਸੀ, ਉੱਥੋਂ ਚੱਕਦੇ ਸਮਾਨ ਵਿਚਾਰੇ ਉੱਥੇ ਜਾ ਵੜਦੇ ਸੀ, ਉੱਥੋਂ ਸਮਾਨ ਚੱਕਦੇ ਸੀ ਉੱਥੇ ਜਾ ਵੜਦੇ ਸੀ। ਕੁੜੀਆਂ ਇੱਥੋਂ ਬਾਹਰਲੇ ਮੁਲਕ 'ਚੋਂ ਸਰਪੰਚਾਂ ਦੀਆਂ ਆਈਆਂ ਸੀ, ਉਹਨਾਂ ਨੇ ਵਿਆਹੀਆਂ ਅਤੇ ਹੁਣ ਆ ਘਰ ਉਹਨਾਂ ਕੁੜੀਆਂ ਨੇ ਮਦਦ ਮੁੱਤ ਦਿੱਤੀ ਗਈ ਪਾਸਿਆਂ ਸਨ ਅਤੇ ਫਿਰ ਘਰ ਪਾਇਆ। ਹੁਣ ਆਪਦੀ ਹੱਟੀ ਗਾਂਹ ਸੌਦਾ ਲਿਆ ਲਿਆ ਕੇ ਮਸਾਂ ਟਾਈਮ ਪਾਸ ਕਰਦੇ ਆ, ਤਾਂ ਬੰਦੇ ਹੈ ਹੀ ਨਹੀਂ, ਕੋਈ ਬੰਦਾ ਨਹੀਂ ਸਾਡੇ ਪਿੰਡ 'ਚ ਇਹੋ ਜਿਹਾ। ਬਹੁਤ ਵਧੀਆ ਵਰਤਾਓ ਹੈ ਗੁਰਸਿੱਖ ਪਰਿਵਾਰ ਤੁਸੀਂ। ਜੋ ਪੁਲਿਸ ਨੇ ਇਨ ਪਰ ਮਾਮਲਾ ਦਰਜ ਕੀਆ ਹੈ ਉਹ ਕਿਆ ਸਮਝਦੇ ਹੋ, ਕਿਆ ਕਹਿ ਸਕਦੇ ਇਸ ਬਾਰੇ, ਕਿਆ ਕਹਿ ਸਕਦੇ ਹੋ? ਤੋ ਆਪਕੋ ਲਗਤਾ ਕਿ ਐਸਾ ਕੁਛ ਕੰਮ ਕਰਤੇ ਨਹੀਂ? ਹਮਕੋ ਤੋ ਨਹੀਂ ਲਗਤਾ ਸਰ। ਝੂਠਾ ਜਮਾਂ ਇਹਨਾਂ ਦੇ ਪਾਇਆ, ਜਿਹੜਾ ਇਹ ਕੇਸ ਪਾਇਆ, ਇਹ ਬੰਦੇ ਜਮਾਂ ਸਹੀ ਹੈ, ਇਹ ਬੰਦੇ ਇਹ ਕੰਮ ਕਰ ਨਹੀਂ ਸਕਦੇ, ਕਦੇ ਨਹੀਂ ਕਰ ਸਕਦੇ ਇਹ, ਇਹਨਾਂ ਦੇ ਝੂਠਾ ਪਾਇਆ ਗਿਆ। ਇਹ ਬੰਦੇ ਹੋਰ ਹੈ, ਇਹ ਪੰਤਪ੍ਰੀਤ ਸਿੰਘ ਨੇ ਫੜਾਏ ਇਹਨਾਂ ਨੂੰ, ਦੱਸਦੇ ਨਾਲ ਪਰਚੇ ਜਿਹੜੇ ਪੇਜ ਜਿਹੜੇ ਪਾਟੇ ਹੋਏ ਆ, ਇਹਨਾਂ ਇਹ ਕਦੇ ਨਹੀਂ ਇਹ ਕੰਮ ਕਰ ਸਕਦੇ ਗੇ। ਉਹ ਕਾਹਦੇ ਵਾਸਤੇ ਫੜਾਏ ਸੀਗੇ ਜੀ? ਉਹ ਵੀ ਸੰਭਾਲ ਕੇ ਰੱਖੀ ਨਾਲ, ਉੱਥੇ ਉਹਨਾਂ ਨੂੰ ਫੜਾਏ ਸੀ। ਦੱਸ ਦਈਏ ਕਿ 16/10/2015 ਨੂੰ ਪੁਲਿਸ ਨੇ ਰੁਪਿੰਦਰ ਅਤੇ ਉਸਦੇ ਭਰਾ ਜਸਵਿੰਦਰ ਨੂੰ ਰਾਤੀ 1:30 ਵਜੇ ਘਰੋਂ ਚੱਕ ਲਿਆ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਬੇਅਦਬੀ ਦਾ ਮਾਮਲਾ ਉਹਨਾਂ ਤੇ ਦਰਜ ਕੀਤਾ। ਮੋਗਾ ਤੋਂ ਸੂਰਜ ਜੈਨ, ਫ੍ਰੀ ਮੀਡੀਆ। ਵੀਰਵਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਿੱਖਾਂ ਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸੂਬੇ 'ਚ ਭੜਕੀ ਹਿੰਸਾ ਨੂੰ ਲੈ ਕੇ ਰਾਸ਼ਟਰੀ ਏਕਤਾ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਹਾਲ ਵਿੱਚ ਦੇਸ਼ ਭਰ 'ਚ ਹੋਈ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਦਾ ਹੱਲ ਤਲਾਸ਼ਣ ਦੀ ਜ਼ਰੂਰਤ ਹੈ। ਸਪੈਸ਼ਲੀ ਹਮਨੇ ਪੰਜਾਬ ਕੀ ਸਥਿਤੀ ਕੇ ਬਾਰੇ ਮੇਂ ਗ੍ਰਹਿ ਮੰਤਰੀ ਜੀ ਕੋ ਅਵਗਤ ਕਰਾਇਆ ਹੈ ਕਿ ਕੈਸੇ ਲੋਕ ਸੜਕੋਂ ਪਰ ਰੋਸ ਵਿਅਕਤ ਕਰਨੇ ਕੇ ਲਈ ਆ ਰਹੇ ਹੈ ਔਰ ਸਰਕਾਰ ਜੋ ਹੈ ਬਾਹਰ ਨਹੀਂ ਨਿਕਲ ਰਹੀ ਹੈ, ਕੈਸੇ ਪੁਲਿਸ ਜੋ ਹੈ ਉਸਕੋ ਕਿਸਨੇ ਆਰਡਰ ਦਿਆ ਗੋਲੀ ਚਲਾਨੇ ਕਾ, ਸ਼ਾਂਤੀ ਪੂਰਵਕ ਧਰਨਾ ਦੇ ਰਹੇ ਜੋ ਸਤਨਾਮ ਵਾਹਿਗੁਰੂ ਕਾ ਕੀਰਤਨ ਕਰ ਰਹੇ ਲੋਕੋਂ ਪਰ, ਜਿਸਮੇਂ ਦੋ ਲੋਕ ਮਾਰੇ ਗਏ ਔਰ ਬਾਕੀ ਬਹੁਤ ਸੇ ਜ਼ਖਮੀ ਹੋਏ ਹੈ ਔਰ ਜ਼ਿੰਦਗੀ ਮੌਤ ਕੀ ਲੜਾਈ ਲੜ ਰਹੇ ਹੈ ਹਸਪਤਾਲੋਂ ਮੇਂ, ਔਰ ਉਸਕੇ ਬਾਅਦ ਅਨਆਇਡੈਂਟੀਫਾਈਡ ਪੁਲਿਸਮੈਨ ਪਰ ਪਰਚਾ ਹੋ ਜਾਤਾ ਹੈ। ਕਿਆ ਪੁਲਿਸ ਵੀ ਕਭੀ ਅਨਆਇਡੈਂਟੀਫਾਈਡ ਹੋਈ ਹੈ? ਸਰਵਿਸ ਰਿਵੋਲਵਰ ਸੇ ਗੋਲੀਆਂ ਚਲੀ ਹੈ, 300-400 ਰਾਊਂਡ ਫਾਇਰ ਹੋਏ ਹੈ, ਕਿਸ ਕੀ ਗੋਲੀਆਂ ਥੀ ਹਿਸਾਬ ਦੇਣਾ ਪੜਤਾ ਹੈ। ਤੋ ਜੋ ਜਿਸਨੇ ਹੁਕਮ ਦਿਆ, ਜੇ ਜਨਰਲ ਡਾਇਰ ਵਾਲਾ ਹੁਕਮ ਥਾ, ਜੈਸੇ ਜਲਿਆਂ ਵਾਲੇ ਬਾਗ ਮੇਂ ਦਿਆ ਥਾ। ਪੂਰੇ ਦੇਸ਼ ਮੇਂ ਇੱਕ ਨਫ਼ਰਤ ਕਾ ਮਾਹੌਲ ਪੈਦਾ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ। ਇਸ ਲਈ ਹਮ ਲੋਗੋਂ ਨੇ ਗ੍ਰਹਿ ਮੰਤਰੀ ਜੀ ਸੇ ਅਨੁਰੋਧ ਕੀਆ ਕਿ ਨੈਸ਼ਨਲ ਇੰਟੀਗ੍ਰੇਸ਼ਨ ਕੌਂਸਲ ਜੋ ਹੈ ਉਸਕੀ ਇੱਕ ਬੈਠਕ ਬੁਲਾਈ ਜਾਏ, ਜਿਸਮੇਂ ਜੋ ਪੂਰੇ ਦੇਸ਼ ਕੀ ਹਾਲਾਤ ਹੈ, ਧਰਮ ਔਰ ਜਾਤੀ ਔਰ ਸਮੁਦਾਇ ਕੋ ਲੈ ਕੇ ਜੋ ਇੱਕ ਨਫ਼ਰਤ ਕੀ ਰਾਜਨੀਤੀ ਪੂਰੇ ਦੇਸ਼ ਮੇਂ ਫੈਲ ਰਹੀ ਹੈ, ਉਸ ਪਰ ਸਰਕਾਰ ਕੁਛ ਕਦਮ ਉਠਾਏ, ਕੁਛ ਠੋਸ ਕਾਰਵਾਈ ਕਰੇ ਔਰ ਕੇਂਦਰ ਕੀ ਸਰਕਾਰ ਇਸ ਦਿਸ਼ਾ ਮੇਂ ਪਹਿਲ ਕਰੇ, ਇਹ ਵੀ ਹਮ ਲੋਗੋਂ ਨੇ ਗ੍ਰਹਿ ਮੰਤਰੀ ਜੀ ਸੇ ਅਨੁਰੋਧ ਕੀਆ ਹੈ। ਪੰਜ ਪਿਆਰਿਆਂ ਦੀ ਮੁਅਤਲੀ ਤੇ ਸ਼੍ਰੋਮਣੀ ਕਮੇਟੀ ਘਿਰੀ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ
ਵੀਰਵਾਰ ਚੰਡੀਗੜ੍ਹ ਵਿੱਚ ਹੋਈ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਇਸ ਫੈਸਲੇ ਦਾ ਵਿਰੋਧ ਹੋਇਆ। ਉਂਝ ਅੰਤਰਿਕ ਕਮੇਟੀ ਨੇ ਪੰਜ ਪਿਆਰਿਆਂ ਦੀ ਬਹਾਲੀ ਬਾਰੇ ਅਗਲੀ ਕਾਰਵਾਈ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੂੰ ਦੇ ਦਿੱਤੇ ਨੇ। ਉਹਨਾਂ ਕਿਹਾ ਕਿ ਮਾਮਲੇ ਦਾ ਹੱਲ ਜਲਦੀ ਤੋਂ ਜਲਦ ਕੱਢ ਲਿਆ ਜਾਏਗਾ। ਮੱਕੜ ਨੇ ਵੀਰਵਾਰ ਅੰਤਰਿਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਪੰਜ ਪਿਆਰਿਆਂ ਨੇ ਸਿੱਖ ਸਿਧਾਂਤਾਂ ਅਤੇ ਦਫ਼ਤਰੀ ਨਿਯਮਾਂ ਦਾ ਉਲੰਘਣ ਕੀਤਾ, ਇਸ ਲਈ ਕਾਰਵਾਈ ਕਰਨੀ ਜ਼ਰੂਰੀ ਸੀ। SGPC ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਅਜਿਹੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਕਰਕੇ ਪੰਥ ਗਹਿਰੇ ਸੰਕਟ 'ਚੋਂ ਲੰਘ ਰਿਹਾ ਹੈ, ਇਸ ਲਈ ਸਭ ਦੀ ਨਿਗਾਹ ਸ਼੍ਰੋਮਣੀ ਕਮੇਟੀ 'ਤੇ ਬਣੀ ਹੋਈ ਹੈ। ਇਸ ਦੌਰਾਨ SGPC ਪ੍ਰਧਾਨ ਅਵਤਾਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਸਾਡੀ ਸਹਿਯੋਗੀ ਰਜਿੰਦਰ ਕੌਰ ਨੇ। SGPC ਪ੍ਰਧਾਨ ਅਵਤਾਰ ਸਿੰਘ ਮੱਕੜ ਜੀ ਸਾਡੇ ਨਾਲ ਨੇ, ਪੰਜ ਪਿਆਰਿਆਂ ਨੂੰ ਸਸਪੈਂਡ ਕੀਤਾ ਗਿਆ, ਉਹਦੇ ਬਾਰੇ ਅੱਜ ਮੀਟਿੰਗ ਹੋਈ ਹੈ, ਪਰ ਸ਼ਾਇਦ ਕੁਛ ਨਿਕਲ ਕੇ ਨਹੀਂ ਆਇਆ ਜਾਂ ਕੁਛ ਨਿਕਲ ਕਰ ਆਇਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪੰਜ ਪਿਆਰਿਆਂ 'ਤੇ ਜਿਹੜਾ ਫੈਸਲਾ ਲਿਆ ਗਿਆ ਹੈ, ਕਿ ਉਹ ਸਸਪੈਂਸ਼ਨ ਰੱਦ ਕਰ ਦਿੱਤਾ ਗਿਆ ਜਾਂ ਕਿਸੇ ਹੋਰ ਮੁੱਦੇ 'ਤੇ ਮੀਟਿੰਗ? ਨਹੀਂ, ਦੇਖੋ, ਔਰ ਅੱਜ ਬਹੁਤ ਲੰਬਾ ਸਮਾਂ ਉਸ ਮਸਲੇ ਨੂੰ ਲੈ ਕੇ ਦੀਰਘ ਵਿਚਾਰ ਸਸਪੈਂਸ਼ਨ ਦੇ, ਕੀ ਕੋਈ ਅਫਸੋਸ ਹੋ ਰਿਹਾ ਸੀ ਕਿ ਦੁਬਾਰਾ ਸੋਚਣਾ ਪਿਆ ਜਾਂ ਬਿਨਾਂ ਸੋਚੇ ਸਮਝੇ ਉਸ ਵੇਲੇ ਫੈਸਲਾ ਲੈ ਲਿਆ? ਨਹੀਂ ਨਹੀਂ, ਚਲੋ ਐਗਜ਼ੈਕਟਿਵ ਹੁੰਦੀ ਹੈ ਪ੍ਰਧਾਨ ਦੇ ਉੱਪਰੋਂ, ਐਗਜ਼ੈਕਟਿਵ ਵੀ ਹੁੰਦੀ ਹੈ, ਐਗਜ਼ੈਕਟਿਵ ਸੁਪਰੀਮ ਹੁੰਦੀ ਹੈ, ਉਹਦੇ 'ਚ ਵਿਚਾਰ ਚਰਚਾ ਕੀਤੀ ਹੈ ਔਰ ਉਹਨਾਂ ਨੇ ਸਰਬਸੰਮਤੀ ਨਾਲ ਮੈਨੂੰ ਅਖਤਿਆਰ ਦਿੱਤੇ ਹੈ। ਸਰ, ਇੱਕ ਕੁਐਸਚਨ ਹੈ ਕਿ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਆਪਣੇ ਤੋਂ ਵੀ ਉੱਪਰ ਮੰਨਿਆ ਸੀ, ਕਿ ਹੁਣ SGPC ਪੰਜ ਪਿਆਰਿਆਂ ਤੋਂ ਵੀ ਉੱਪਰ ਹੋ ਗਈ? ਨਹੀਂ, ਤੁਸੀਂ ਇਹ ਇਹ ਇਸ ਪਾਸੇ ਨਾਲ ਜਾਓ, ਅੱਗੇ ਇੱਥੇ ਬੜੇ ਔਖੇ ਆ, ਧਾਰਮਿਕ ਭਾਵਨਾ ਵਾਲੇ ਪਾਸੇ ਨਾਲ ਜਾਓ, ਇਹ ਇੱਕ ਮਹਿਕਮਾ, ਲੋਕੀ ਸਵਾਲ ਚੁੱਕ ਰਹੇ ਨੇ, ਸਿੱਖ ਜਿਹੜੇ ਨੇ ਸਵਾਲ ਚੁੱਕ ਰਹੇ ਨੇ, ਚੱਕ ਰਹੇ ਨੇ, ਲੇਕਿਨ ਇਹ ਵਿਭਾਗੀ ਕਾਰਵਾਈ ਵੀ ਹੈ ਦਫ਼ਤਰ ਦੇ ਵਿੱਚ। ਆਫਟਰ ਆਲ ਉਹ ਉਹਨਾਂ ਦਾ ਜਿਹੜੀ ਲਿਖਤ ਪੜਤਰੀ ਹੁੰਦੀ ਹੈ ਉਹਦੇ ਮੁਤਾਬਕ ਕਾਰਵਾਈ ਵੀ ਕਰਨੀ ਪੈਂਦੀ ਹੈ। ਅਸੀਂ 10-11 ਸਾਡੇ ਹੋਰ ਸਟਾਫ ਮੈਂਬਰ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਸਸਪੈਂਡਡ ਨੇ। ਸਰ, ਇੱਕ ਇੱਕ ਸਰਬੱਤ ਖਾਲਸਾ ਬੁਲਾਉਣ ਦੀ ਕਿਹਾ ਗਿਆ ਹੈ ਕਿ ਜ਼ਿੰਮੇਦਾਰੀ ਕੋਈ ਹੋਰ ਨਹੀਂ ਬੁਲਾ ਸਕਦਾ, ਲੇਕਿਨ ਜਿਹੜੀ ਸਿੱਖ ਸੰਗਤ ਹੈ, ਆਖਿਰ ਸਰਬੱਤ ਖਾਲਸਾ ਤੁਹਾਡੀ ਨਜ਼ਰ ਵਿੱਚ ਕੀ ਹੈ? ਸਰਬੱਤ ਖਾਲਸਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਹੀ ਬੁਲਾ ਸਕਦੇ ਨੇ, ਕਿਸੇ ਨੂੰ ਕੋਈ ਅਧਿਕਾਰ ਨਹੀਂ। ਨੋਬਡੀ ਹੈਜ਼ ਐਨੀ ਰਾਈਟ ਟੂ ਕਾਲ ਫਾਰ ਦੀ ਸਰਬੱਤ ਖਾਲਸਾ। ਔਰ ਇਸ ਵਾਸਤੇ ਜਿਹੜਾ ਉਹ ਸਰਬੱਤ ਖਾਲਸਾ ਨਹੀਂ, ਉਹ ਇਕੱਠ ਤਾਂ ਕਹਿ ਸਕਦੇ ਨੇ, ਲੇਕਿਨ ਸਰਬੱਤ ਖਾਲਸਾ ਨਹੀਂ। ਸਰ, ਇੱਕ ਇੱਕ ਲਾਸਟ ਕੁਐਸਚਨ, ਇਹ ਜਿਹੜੇ ਦੋ ਸਿੱਖ, ਸਰ ਜੋ ਦੋ ਸਿੱਖ ਗ੍ਰਿਫਤਾਰ ਹੋਏ ਨੇ, ਉਹ ਕਹਿ ਰਹੇ ਨੇ ਬਾਹਰ ਕੰਟੈਕਟ ਹੈ, ਲੇਕਿਨ ਉਹ ਇਹ ਕਹਿ ਰਹੇ ਨੇ ਬਾਹਰ ਵਾਲੇ ਜਿਹੜੇ ਬੰਦੇ, ਉਹ ਕਹਿ ਰਹੇ ਨੇ ਕਿ ਅਸੀਂ ਤੇ ਜਿਹੜੇ ਜ਼ਖਮੀ ਸੀ ਉਹਨਾਂ ਲਈ ਫੰਡ ਭੇਜੇ ਗਏ ਨੇ, ਯਾਨੀ ਕਿ ਜਿਹੜੇ ਬਾਹਰ ਦੇ ਇਲਜ਼ਾਮ ਲੱਗ ਰਹੇ ਨੇ ਕਿ ਜਿਹੜੇ ਬਾਹਰ ਦੇ ਕਨੈਕਸ਼ਨ ਸੀ ਉਹ ਗਲਤ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ। ਉਹਦੇ ਬਾਰੇ ਗੱਲ ਤੁਹਾਨੂੰ ਕਹੀ ਹੈ ਕਿ ਉਹ ਫੈਸਲਾ ਸਰਕਾਰ ਨੇ ਕਰਨਾ, ਉਹਨਾਂ ਦੀ ਤਫਤੀਸ਼ ਚੱਲ ਰਹੀ ਹੈ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਲਾਈਨ ਆਫ ਐਕਸ਼ਨ ਨਹੀਂ ਹੈਗਾ, ਇਹ ਸਰਕਾਰ ਦਾ, ਸਰਕਾਰ ਨੇ ਜੋ ਫੈਸਲਾ ਕਰਨਾ ਕਰੇਗਾ। ਅਸੀਂ ਇਹ ਕਿਹਾ ਕਿ ਜਿਹੜੇ ਦੋਸ਼ੀ ਨੇ, ਅਸਲ ਦੋਸ਼ੀ, ਉਹ ਉਹਨਾਂ ਨੂੰ ਹੀ ਸਜ਼ਾ ਦਿੱਤੀ ਜਾਵੇ, ਕਿਸੇ ਨਿਰਦੋਸ਼ ਨੂੰ ਨਾ ਫਸਾਇਆ ਜਾਵੇ। ਪੰਜ ਪਿਆਰੇ ਦੀ ਸਸਪੈਂਸ਼ਨ ਤੇ ਵੀ ਕੀ ਦੁਬਾਰਾ ਫੈਸਲਾ ਲਿਆ ਜਾ ਸਕਦਾ, ਸ਼ਾਇਦ ਰੱਦ ਵੀ ਹੋ ਸਕਦਾ? ਜਦੋਂ ਅਧਿਕਾਰ ਮਿਲਿਆ ਜੇ ਫੈਸਲਾ ਹੀ ਨਹੀਂ ਕੀਤਾ ਤਾਂ ਫੈਸਲਾ ਕਰਾਂਗੇ ਤੇ ਫੇਰ ਕਰਾਂਗੇ ਨਾ। ਸਸਪੈਂਡ ਤਾਂ ਕੀਤਾ ਗਿਆ, ਤੁਹਾਨੂੰ ਪਹਿਲਾਂ ਤਾਂ ਕਹਿ ਬੈਠਾ। SGPC ਪ੍ਰਧਾਨ ਅਵਤਾਰ ਸਿੰਘ ਮੱਕੜ, ਜਿਹੜੇ ਪੰਜ ਪਿਆਰਿਆਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹਨਾਂ ਦੇ ਬਾਰੇ ਇੱਕ ਮੀਟਿੰਗ ਹੋਈ ਹੈ, ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਕਲਗੀਧਰ ਨਿਵਾਸ ਵਿੱਚ, ਲੇਕਿਨ ਇਹ ਕਿਹਾ ਗਿਆ ਕਿ ਹਲੇ ਫਿਲਹਾਲ ਇਸ ਮੀਟਿੰਗ ਤੋਂ ਕੁਛ ਨਿਕਲ ਕਰ ਨਹੀਂ ਆਇਆ, ਹੋਰ 2-3 ਦਿਨ ਬਾਅਦ ਕੁਛ ਹੋਰ ਮੀਟਿੰਗਸ ਹੋਣਗੀਆਂ, ਉਹਦੇ ਬਾਅਦ ਕੁਛ ਫੈਸਲਾ ਲਿਆ ਜਾਏਗਾ। ਚੰਡੀਗੜ੍ਹ ਤੋਂ ਪੰਕਜ ਦੇ ਨਾਲ ਰਜਿੰਦਰ ਕੌਰ, ਫ੍ਰੀ ਮੀਡੀਆ। ਚੰਡੀਗੜ੍ਹ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਮਾਨ ਦਲ ਦੇ ਵਰਕਰਾਂ ਨੇ ਕਿਹਾ ਕਿ ਕਾਰਜਕਾਰਨੀ ਦੇ ਮੈਂਬਰਾਂ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਅਸਤੀਫਾ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਬਿਲਕੁਲ ਗਲਤ ਹੈ, ਜਦੋਂ ਤੱਕ SGPC ਉਹਨਾਂ ਨੂੰ ਬਹਾਲ ਨਹੀਂ ਕਰਦੀ ਉਹਨਾਂ ਦਾ ਵਿਰੋਧ ਜਾਰੀ ਰਹੇਗਾ। ਵਰਕਰਾਂ ਨੇ ਕਿਹਾ ਕਿ SGPC ਵੱਲੋਂ ਸਰਬੱਤ ਖਾਲਸਾ ਬੁਲਾਉਣ ਦਾ ਵਿਰੋਧ ਵੀ ਕੀਤਾ ਜਾਣਾ ਬਿਲਕੁਲ ਗਲਤ ਹੈ, ਕਿਉਂਕਿ SGPC ਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ। ਦੱਸ ਦਈਏ ਕਿ ਮਾਨ ਦਲ ਵੱਲੋਂ ਸ਼ੁਰੂ ਤੋਂ ਹੀ ਇਸ ਮਾਮਲੇ 'ਚ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲ ਤਖ਼ਤ ਦੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਫੈਸਲਾ ਵੀ ਮਾਨ ਦਲ ਨੇ ਗਲਤ ਕਰਾਰ ਦਿੱਤਾ ਹੋਇਆ। ਡੇਰਾ ਮੁਖੀ ਨੂੰ ਪਹਿਲਾਂ ਮੁਆਫ਼ੀ ਅਤੇ ਫਿਰ ਹੁਕਮਨਾਮਾ ਵਾਪਸ ਲੈਣ ਦੇ ਮਾਮਲੇ 'ਚ ਪੰਜ ਪਿਆਰਿਆਂ ਨੇ ਪੰਜੋ ਸਿੰਘ ਸਾਹਿਬਾਨਾਂ ਨੂੰ ਤਲਬ ਕੀਤਾ ਸੀ। ਪੰਜ ਪਿਆਰਿਆਂ ਦੇ ਇਸ ਹੁਕਮ ਤੋਂ ਭੜ ਕੇ SGPC ਨੇ ਹੁਕਮ ਦੇਣ ਵਾਲੇ ਪੰਜੋ ਪਿਆਰਿਆਂ ਨੂੰ ਹੀ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਸਿੱਖ ਨੇਤਾ ਅਤੇ SGPC ਦੇ ਸਾਬਕਾ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਨੇ ਜਥੇਦਾਰਾਂ ਨੂੰ ਤਲਬ ਕਰਨ ਦੇ ਮਾਮਲੇ ਨੂੰ ਸਹੀ ਠਹਿਰਾਇਆ, ਤਾਂ ਪੰਜ ਪਿਆਰਿਆਂ ਦੀ ਮੁਅੱਤਲੀ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ SGPC ਦੇ ਫੈਸਲੇ ਨੂੰ ਮੰਦਭਾਗਾ ਦੱਸ ਰਹੇ ਨੇ।
तो जे वो हालात ठीक सी वो फैसला जरूरी सी तो फिर वापस लैन का फैसला क्यों किया फिर कौम को समझा क्यों नहीं सके यदा मतलब है कि यह सारी गल दे विच कितना ना कितना कुछ काला है। तो अज उन्होंने उन्होंने जवाब मांग के चाहिए तो असी अपने आप कौम के अगे स्पष्टीकरण अपना देंगे स्पष्टीकरण वैसे एक तरह का तो यह आ गया कि भई साडा पहला गलत सी तो असी वापस लें वो पहला जे गलत सी तो फिर कि गहत किया क्यों किया फिर अज जवाब इन्होंने मंग लिया तो बहुत वधिया किया ये जवाब सारी कौम नू यह जवाब सुनना चाहती चंगे जड़े विद्वान चिंतक ने उन्हां दी सलाह मशवरे दे नाल ये कार्ज होने चाहिए जदों थोड़े जी काली दे नाल कोई कम हो जाते हैं फिर वो वाद विवाद जो शुरू हो जाते हैं केवल सिख धर्म की प्रभु सत्ता का गौरवमई सिख सिद्धांतों की अगवाई करने वाला अकाल तख्त है अकाल तख्त वालों कोई भी ऐसा कार्ज ना हो जिस करके लोग वो कोई किंतु परंतु करने की किसी भी कोई इस तरह का मौका नहीं देना चाहिए। मैं इस गल नूं बस इन्नी गल ही कहना चाहूँगा भी पंजां प्यारियां ने जो कार्ज कर लिया सी उन्हां नूं मुअत्तल करना बहुत दुखदाई घटना बस यही मैं कहना चाहूँगा होर मैं कुछ नहीं कहना। बीते दिन मुख्यमंत्री की कोठी का घिराव करने की कोशिश करने वाले विधायक सिमरजीत सिंह बैंस खिलाफ़ पुलिस वालों दर्ज किए गए मामले से वीरवार को बैंस को गिरफ़्तार कर लिया गया। बीते दिन चंडीगढ़ सड़क पर पुलिस ने उन्होंने रोकने की कोशिश की सी पर वो पुलिस को चकमा दे के चंडीगढ़ पहुँच गए सन जिथे उन्होंने मुख्यमंत्री की कोठी का घिराव करने की कोशिश की सी। लुधियाना पुलिस ने ACP नाल उलझन ते पुलिस के कामकाज रुकावट पाने के इल्जाम तहत सिमरजीत बैंस खिलाफ़ मामला दर्ज किया। वीरवार को उन्होंने 12 बजे के करीब गिरफ़्तार कर लिया गया। अगली मनभागी खबर आ रही है मुंबई तो जिथों पंजाबी गायक लाभ जंजुआ का दिल का दौरा पैन करके मौत हो गई है। मुंबई स्थित घर च उन्हों की लाश मिली है। जंजुआ को खास तौर पर भंगड़ा गायक के वजो प्रसिद्धि मिली। पिछले साल आई फिल्म क्वीन विच लंडन ठुमकदा के गाने को लेकर जंजुआ काफ़ी चर्चा चाहे सन। लाभ जंजुआ जिसके गीत मुंडिया तो बच के रही रिलीज़ होंदया ही ना सिर्फ देश च बैठे लोगों नू सगो विदेशों भी इस गीत ने काफ़ी धाक जमाई सी। दस दिए कि लाभ जंजुआ लंबे समय तो शुगर के मरीज सन मनिया जा रहा है कि उन्होंने दिल का दौरा पैन करके मौत हुई है। वो पंजाब के खन्ना नाल संबंध रखते सन लंबे समय तो गायकी के खेत्र से सरगर्म सन। उन्होंने पिता खन्ना च अध्यापक रहे ने पंजाबी गायकी की शुरुआत तो बाद ही उन्होंने बॉलीवुड का सफर तय किया। लाभ जंजुआ की मौत तो बाद खन्ना शहर च सोग की लहर फैल गई है। उन्होंने पत्नी खन्ना तो मुंबई लई रवाना हो गए ने। पंजाब के समूह गायकों ने भी जंजुआ की अनकियासी मौत से गहरे दुख का इजहार किया ते परमात्मा अगे परिवार नूं बल बख्शन की दुआ की है। फरीदाबाद च दलित बच्चों नूं जिंदा साड़े जाण की घटना से विदेश मंत्री जनरल VK सिंह ने इतराज़योग बयान दिता है। उन्हें इस बारे पूछे सवाल ते कहा है कि जे कोई कुत्ते नूं पत्थर मार देवे तां इसलिए सरकार जिम्मेवार नहीं है। ये पहली बार नहीं है कि जो VK सिंह ने कोई विवादित बयान दिता होवे। इस तों पहलां भी वह कई मौकियां ते अजिहे बयान दे के फस चुके ने। फरीदाबाद के सुनपैड पिंड एक दलित परिवार को दबंगा ने अपना निशाना बनाते जिंदा साड़ दिता से जिस विच दो बच्चों की मौत हो गई सी। हरियाणा सरकार ने इस हत्याकांड की CBI जांच करवाने के हुक्म दिते ने। कभी स्थानीय घटनाओं का हम सब इसी बात से अंदाजा लगा सरकार से ताल्लुक मत रखिए। उसके ऊपर इंक्वायरी चल रही है। परिवारों के बीच में मतभेद था, वो मतभेद किस रूप में परिवर्तित हुआ, कहां पर इंतजामिया का फेलियर है, एडमिनिस्ट्रेशन का, उसके बाद फिर सरकार के ऊपर आते हैं। तो हर चीज के अंदर कि जी वहां पे उसने पत्थर मार दिया कुत्ते के तो सरकार जिम्मेवार है, ऐसे नहीं है। उधर RSS प्रमुख मोहन भागवत ने दादरी अते होर ना घट गिनतियां ते हो रहे शब्दी अते शरीरिक हमले दे विचकार नाराजगी दे माहौल दे विच इक होर विवादित बयान दिता है। RSS दे प्रमुख मोहन भागवत ने कहा है कि छोटियां छोटियां घटनावां नाल हिंदू सभ्यता नूं नुकसान नहीं पहुँच सकता। नाल ही उन्हां उम्मीद जताई है कि विश्वास दा माहौल पैदा करन ते भारत दी प्रभु सत्ता दा विदेशां च मजबूत सुनेहा देण लई मोदी सरकार काफ़ी मजबूत स्थिति च है। इन्ना ही नहीं, इस मौके भागवत ने मोदी सरकार की काफ़ी प्रशंसा की अते कहा कि प्रधानमंत्री मोदी का इस अहुदे ते आउण नाल मुल्क भर च उत्साह का माहौल है। और इस दृष्टि से जब आज की परिस्थिति को देखते हैं तो
कुछ शुभ संकेत हमको मिलते हैं, उनका अनुभव करते हुए सबको अच्छा लग रहा है। दो साल पहले जो निराशा का वातावरण था, कुछ अच्छा नहीं होगा, सब कुछ कैसे चलेगा, ऐसी चिंता लोगों के मन में थी, वो तिरोहित हो गई। अब वो चिंता नहीं है, उसके जगह विश्वास बना है कुछ होगा, उस विश्वास के चलते बड़ी बड़ी अपेक्षाएं हैं। अते दिल्ली च वध रही ट्रैफिक अते प्रदूषण की समस्या तो छुटकारा पाउण लई कार फ्री डे मनाया गया। दिल्ली के सैकड़े लोगों ने लाल किले तो लैके इंडिया गेट तक साइकिल रैली कढ़ी, जिसकी अगवाई खुद दिल्ली के सीएम अरविंद केजरीवाल ने की। इस मौके सीएम ने कहा कि वध रही ट्रैफिक की समस्या तो निजात पाउण लई जरूरी है कि लोग कार की घट तो घट वरतों करन, जिस नाल दिल्ली नूं साफ अते प्रदूषण मुक्त करन च सहायता मिलेगी। वीरवार पूरे भारत च दुशहरे का त्यौहार बड़ी धूमधाम नाल मनाया गया। इस मौके राष्ट्रपति ने देशवासियों नूं दुशहरे की बधाई दी। प्रधानमंत्री नरेंद्र मोदी ने भी सवेरे ट्वीट करके बुराई ते चंगाई दे प्रतीक दुशहरे की बधाई दी। इस तों इलावा कांग्रेस के उप प्रधान राहुल गांधी ने भी ट्वीट करके दुशहरे दियां जनता नूं बधाई दी। मुंबई में हॉलीवुड फिल्म ब्यूटी एंड द बीस्ट का स्पैशल प्रीमियम रखा गया। प्रीमियम में इमरान हाशमी कई बॉलीवुड सितारे पहुंचे, कई बॉलीवुड सितारे परिवार समेत भी इस मौके नजर आए। ज्यादा एक्साइटेड हूं क्योंकि मुझे म्यूजिकल्स बेहद पसंद है, बट आई एम मोस्ट एक्साइटेड बिकॉज ये इंडियन प्रोडक्शन है ब्यूटी एंड द बीस्ट का, और सिद्धार्थ ने पिछले महीनों में मुझे बहुत बताया है कि यू नो कैसा चल रहा है सब कुछ, रिहर्सल्स कैसे चल रहे हैं, देयरफॉर आई थिंक माय एक्साइटमेंट हैज बीन स्लोली बिल्डिंग। कैनेडा की संसद में तीन पंजाबी मंत्री बन सकते हैं, उन्होंने दर्शन सिंह कंग, अंजू ढिल्लों और नवदीप बैंस का नाम मंत्री बनने की दौड़ प्रमुख तौर पर चल रहा है। दस दिए कि इस बार कैनेडा दोणों 16 पंजाबी उम्मीदवार जीते ने, जिस नाल सरकार में पंजाबी उम्मीदवार की भी वड्डी भूमिका रहेगी। पंजाब तो बाहर सब तो वड्डी गिनती पंजाबी कैनेडा च ही रह रहे हैं। कैनेडा दियां इस बार दियां संसदी चोणों 16 पंजाबी उम्मीदवार की वड्डी जित हुई है। उन्हां विचों तीन पंजाबी उम्मीदवार दर्शन सिंह कंग, अंजू ढिल्लों और नवदीप बैंस का नाम मंत्री बनने की दौड़ सब तो अगे चल रहा है, जिन्हां विच दर्शन सिंह कंग जो कैलगरी स्काईव्यू तो जीते ने कंजरवेटिव पार्टी के दविंदर शौरी नूं हराया है, जो तीन बार सांसद रह चुके ने। दूजे नंबर से मंत्री बनने की दौड़ अंजू ढिल्लों का नाँ चल रहा है। यह इलाका फ्रेंच बोलन वाले के नाँ नाल जाने जाता है, जिथों अंजू ढिल्लों जीतने वाली पहली भारतीय है। इस तो इलावा नवदीप बैंस का नाँ आउंदा है, जो जस्टिन ट्रूडो के करीबी भी मने जाते हैं और तीन बार संसद भी रह चुके ने। नवदीप बैंस का मंत्री बनना लगभग तय है। चंडीगढ़ तो ब्यूरो रिपोर्ट फ्री मीडिया। एयर इंडिया दसंबर 2 तो सान फ्रांसिस्को तो दिल्ली तक अपन सीधिया उडाना शुरू कर जा रहा है। यह उडाना सवेरे 10 बजे तो सान फ्रांसिस्को तो उड़ेगी और दिल्ली दोपहर 3:35 पर पहुंचेगी। इस तरह कुल मिला के तकरीबन 17 घंटे का सफर होएगा। सब तो वड्डी गल है कि फ्लाइट रस्ते विच किते नहीं रुकेगी। दिल्ली पहुंचने ते भारत के वख-वख हिस्सों लई कनैक्टेड फ्लाइटों का इंतजाम भी होएगा। इन्हां उडाना नाल कैलिफोर्निया ते आसपास रहिंदे भारतीयों नूं काफ़ी राहत मिलन की उम्मीद है।